ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਦੇ ਨਾਲ ਖਾਸ ਗੱਲਬਾਤ ਕੀਤੀ ਸਾਡੇ ਸਹਿਯੋਗੀ ਜਗਤਾਰ ਕੁਲਰ ਨੇ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਕਾਰਵਾਂ ਵੱਧਦਾ ਜਾ ਰਿਹਾ ਤੇ ਅੱਜ ਵੀ ਕਈ ਜਿਹੜੇ ਨੇਤਾ ਨੇ ਉਹ ਟਕਸਾਲੀ ਬਣ ਗਏ ਨੇ। ਇਸ ਬਾਬਤ ਅਸੀਂ ਰਣਜੀਤ ਸਿੰਘ ਬ੍ਰਹਮਪੁਰਾ ਦੇ ਨਾਲ ਗੱਲਬਾਤ ਕਰਾਂਗੇ। ਸਰ, ਪਰਿਵਾਰ ਵੱਧਦਾ ਜਾ ਰਿਹਾ, ਲੇਕਿਨ ਪਰਿਵਾਰ ਦੇ ਮੁਖੀ ਕਹਿ ਰਹੇ ਕਿ ਅਸੀਂ ਲੋਕ ਸਭਾ ਉਨੀ ਨਹੀਂ ਲੜਨੀ ਹੈਗੀ। ਕਿਉਂ? ਹਮੇਸ਼ਾ ਹੀ ਜਿਹੜੇ ਮੁਖੀ ਨੇ ਉਹ ਲੜਾਉਂਦੇ ਆ, ਲੜਦੇ ਨੇਗੇ। ਇਸ ਕਰਕੇ ਅਸੀਂ ਤਾਂ ਲੜਾਵਾਂਗੇ ਤੇ ਸਾਡੀ ਪਾਰਟੀ ਜੇ ਫੈਸਲਾ ਕੀਤਾ ਤੇ ਪਾਰਲੀਮੈਂਟ ਦੀ ਇਲੈਕਸ਼ਨ ਲੜੇਗੀ, ਜੇ ਨਾ ਫੈਸਲਾ ਕੀਤਾ ਤੇ ਫਿਰ ਨਹੀਂ ਲੜੇਗੀ। ਪਰ ਅਸੀਂ ਸ਼੍ਰੋਮਣੀ ਕਮੇਟੀ ਇਲੈਕਸ਼ਨ ਜ਼ਰੂਰ ਲੜਾਂਗੇ, ਵਿਧਾਨ ਸਭਾ ਦੀਆਂ ਇਲੈਕਸ਼ਨਾਂ ਬਿਲਕੁਲ ਲੜਾਂਗੇ। ਪਰ ਅਕਸਰ ਕਹਿੰਦੇ ਕਿ ਜੇ ਚੋਣ ਅਖਾੜੇ ਚੋਂ ਜਰਨੈਲ ਹੀ ਭੱਜ ਗਿਆ ਹੈਗੇ, ਸਿਪਾਹੀ ਤੇ ਉਹਦੇ ਡਰ ਜਾਂਦੇ। ਜਰਨੈਲ ਤਾਂ ਸਗੋਂ ਲੜੇਗਾ, ਜਰਨੈਲ ਤਾਂ ਸਗੋਂ ਖੁੱਲ੍ਹ ਕੇ ਲੜੇਗਾ। ਜੇ ਇਲੈਕਸ਼ਨ ਲੜਾਂਗੇ ਤੇ ਫਿਰ ਤੇ ਹਲਕੇ ਦੇ ਵਿੱਚ ਸੇਵਾ ਕਰ ਸਕਾਂਗੇ ਤੇ ਅਦਰਵਾਈਜ਼ ਅਸੀਂ ਸਾਰੇ ਹਲਕਿਆਂ ਦੇ ਵਿੱਚ ਜਾ ਕੇ ਲੜਾਂਗੇ, ਸੇਵਾ ਕਰਾਂਗੇ। ਕਿਸ ਪਾਰਟੀ ਨੂੰ ਟੱਕਰ ਦੇਣ ਦਾ ਦਮ ਰੱਖਦਾ ਟਕਸਾਲੀ ਜੀ? ਅਕਾਲੀ ਦਲ ਨੂੰ, ਜਿਹੜੇ ਬਾਦਲ ਕਾ ਕੰਪਨੀ ਬਣੀ ਉਹਨੂੰ, ਔਰ ਕਾਂਗਰਸ ਨੂੰ, ਦੋਵਾਂ ਪਾਰਟੀਆਂ। ਅਲਾਇੰਸ ਕਿਹਦੇ ਨਾਲ ਹੋਣ ਦੀ ਸੰਭਾਵਨਾ? ਅਲਾਇੰਸ ਤਾਂ ਸਭ ਜਿੰਨੀਆਂ ਹਮਖਿਆਲ ਪਾਰਟੀਆਂ ਨੇ ਉਹਨਾਂ ਨਾਲ ਹੋਣ ਦਾ ਜੋ ਸਾਡੀ ਯਤਨ ਨੇ ਉਹ ਇਹ ਆ ਵੀ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਜਾਣ। ਜੇ ਆਪਣਾ ਵੱਖਰਾ ਵੱਖਰਾ ਨਿੱਕਾ ਮੋਟਾ ਕੋਈ ਵਖਰੇਵਾਂ ਵੀ ਉਹਨੂੰ ਛੱਡ ਦੇਣ, ਵੱਡੇ ਕਾਜ ਨੂੰ ਲੈਣ, ਪੰਜਾਬ ਦੇ ਹਿੱਤ ਨੂੰ ਲੈਣ, ਔਰ ਤਕੜੇ ਹੋ ਕੇ ਕਾਂਗਰਸ ਦੇ ਤੇ ਬਾਦਲਾਂ ਦੇ ਖਿਲਾਫ ਲੜਿਆ ਜਾਵੇ। ਕਿੰਨੇ ਕੀ ਟਕਸਾਲੀ ਰਹਿ ਗਏ ਨੇ? ਕਿਉਂਕਿ ਹੁਣ ਤਾਂ ਅਕਾਲੀ ਦਲ ਤੇ ਮਾਡਰਨ ਅਕਾਲੀ ਦਲ ਬਣ ਗਿਆ ਸੀ ਜੀ। ਨਹੀਂ, ਤੁਸੀਂ ਦੇਖੋ ਜੀ, ਹੁਣ ਟਕਸਾਲੀ ਦਾ ਮਤਲਬ ਇਹ ਥੋੜ੍ਹਾ ਸਾਰੇ ਬੁੱਢੇ ਹੀ ਆ, ਨੌਜਵਾਨ ਵੀ ਅੱਜ ਜਿਹੜੇ ਆ, ਅੱਜ ਜਿਹੜੀ ਫੈਡਰੇਸ਼ਨ ਆ ਸਾਡੀ, ਰਹੀ ਸਾਡਾ ਸਾਰੇ ਨੌਜਵਾਨ ਹੀ ਆ, ਨੌਜਵਾਨ ਹੀ ਆ, ਨੌਜਵਾਨਾਂ ਨੂੰ ਨਾਲ ਲਵਾਂਗੇ। ਟਕਸਾਲੀ ਦਾ ਮਤਲਬ ਤੇ ਸੱਚਾ ਸੁੱਚਾ ਜੈਨੂਅਨ, ਉਹਦਾ ਅਰਥ ਮੈਂ ਡਿਕਸ਼ਨਰੀ ਚੋਂ ਕਢਾ ਕੇ ਦੱਸਿਆ ਸੀ ਪਹਿਲਾਂ ਸਾਰਿਆਂ ਨੂੰ, ਉਹਦਾ ਸਾਰਾ ਵੇਖ ਲਿਆ ਵਾ। ਤੇ ਇਹ ਜਿਹੜੇ ਹੁਣ ਅਕਾਲੀ ਦਲ ਜੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆ, ਉਹਨਾਂ ਦੀਆਂ ਕਾਲੀਆਂ ਕਰਤੂਤਾਂ ਕਰਕੇ, ਉਹਨਾਂ ਦੀਆਂ ਬੇਵਕੂਫੀਆਂ ਕਰਕੇ, ਉਹਨਾਂ ਦਾ ਜੋ ਬਚਪਨ ਸੀਗਾ ਜਿਸ ਤਰ੍ਹਾਂ ਉਹਦਾ ਕਰਕੇ ਸਭ ਕੁਝ ਅਕਾਲੀ ਦਲ ਦਾ ਨੁਕਸਾਨ ਹੋ ਗਿਆ, ਉਹਨਾਂ ਸੱਤਿਆਨਾਸ਼ ਅਕਾਲੀ ਦਲ ਦਾ ਕਰਕੇ ਰੱਖਤਾ, ਬੱਚਾ ਪੰਜਾਬ ਦਾ ਦੁਖੀ। ਅਸੀਂ ਦੱਸੋ, ਮੋਦੀ ਸਾਹਿਬ ਦੇ ਜਿਹੜੇ ਲਗਭਗ ਕਾਰਜਕਾਲ ਖਤਮ ਹੋਣ ਵਾਲਾ, ਪੰਜਾਬ ਦੇ ਮੁਤਲਕ ਉਹਨਾਂ ਦੀ ਕੀ ਦੇਣ ਰਹੀ ਹੈਗੀ ਹੈ ਜੀ? ਇਹ ਤਾਂ ਮੋਦੀ ਸਾਹਿਬ ਨੂੰ ਪੁੱਛੋ ਜੀ, ਤੁਸੀਂ ਪਾਰਲੀਮੈਂਟ ਨਹੀਂ ਨਹੀਂ ਪੰਜਾਬ ਨੂੰ ਕੀ ਕੁਝ ਮਿਲਿਆ? ਵੇਖੋ ਜੀ, ਜੋ ਕੁਝ ਮਿਲਿਆ ਉਹ ਵੀ ਤੁਹਾਡੇ ਸਾਹਮਣੇ ਆ। ਕਾਂਗਰਸ ਹੋਵੇ, ਕੋਈ ਹੋਰ ਸਰਕਾਰ ਹੋਵੇ, ਜੋ ਪੰਜਾਬ ਦੇ ਹੱਕ ਪੰਜਾਬ ਨੂੰ ਮਿਲਣੇ ਚਾਹੀਦੇ ਆ ਉਹ ਕਦੀ ਕਿਸੇ ਨੇ ਨਹੀਂ ਦਿੱਤੇ ਹੁਣ ਤੱਕ। ਕੈਪਟਨ ਸਾਹਿਬ ਦੇ 2 ਸਾਲ ਕਰੀਬ ਕਿਵੇਂ ਦੇ ਰਹੇ ਹੈਗੇ ਜੀ? ਸੱਤਿਆ ਹੀ ਨਾਸ ਪੰਜਾਬ ਦਾ ਕਰਤਾ ਇਹਨੇ, ਸੱਤਿਆ ਹੀ ਨਾਸ ਕਰਤਾ। ਇਹੋ ਜਿਹੀ ਨਿਕੰਮੀ ਸਰਕਾਰ ਵੇਖੀ ਨਹੀਂ ਅੱਜ ਤਾਈ ਜਿਹੜੀ। ਉਹ ਕਹਿੰਦੇ ਕਰਜ਼ਾ ਮਾਫ਼ ਕਰਤਾ ਕਿਸਾਨਾਂ ਦਾ, ਕਿਹੜਾ ਕਰਤਾ ਜੀ? ਜੇ 100 ਰੁਪਇਆ ਇੱਕ ਗਰੀਬ ਨੇ ਦੇਣਾ ਤੇ 38 ਪੈਸੇ ਉਹਦੇ ਕਰ ਦਿੱਤੇ ਮਾਫ਼। ਮੰਡੀ ਬੋਰਡ ਤੋਂ ਕਰਜ਼ਾ ਲੈ ਕੇ ਕੀਤਾ ਜੀ, ਚੱਲ ਉਹ ਕਿਤੇ ਹੋਰ ਅਸੀਂ ਬਿਲਕੁਲ ਕੰਮ ਨਹੀਂ ਕੀਤਾ ਗਾ ਜੀ। ਪਰ ਉਹ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਸੀ 13 ਦੀਆਂ 13 ਜਿੱਤਾਂਗੇ। ਉਹ ਵੱਖਰੀ ਗੱਲ ਆ ਵੀ ਉਹ ਕਹਿੰਦਾ, ਉਹ ਤਾਂ ਅਸੀਂ ਵੀ ਫਿਰ ਕਹਿੰਦੇ 13 ਜਿੱਤੀਆਂ, ਸਾਰੇ ਕਹਿੰਦੇ 13 ਦੀਆਂ 13 ਜਿੱਤੀਆਂ, 12 ਦਾ ਕੋਈ ਵੀ ਨਹੀਂ ਜਿੱਤਦਾ। ਇਸ ਜਥਾ ਰਣਜੀਤ ਸਿੰਘ ਬ੍ਰਹਮਪੁਰਾ ਜੀ ਨੇ ਸਾਫ਼ ਸ਼ਬਦਾਂ ਵਿੱਚ ਬੋਲ ਦਿੱਤਾ ਕਿ ਪੰਜਾਬ ਦਾ ਜੋ ਨੁਕਸਾਨ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਉਸ ਤੋਂ ਜ਼ਿਆਦਾ ਜਿਹੜਾ ਨੁਕਸਾਨ ਇਸ ਸਮੇਂ ਹੋ ਰਿਹਾ ਹੈਗਾ। ਲੇਕਿਨ ਫਿਲਹਾਲ ਲੋਕ ਸਭਾ 2019 ਨੂੰ ਲੈ ਕੇ ਕਹਿ ਸਕਦੇ ਕਿ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਪਾਰਟੀਆਂ ਬਣ ਚੁੱਕੀਆਂ, ਬਣਨ ਵਾਲੀਆਂ। ਲੇਕਿਨ ਮਸਲਾ ਹੈਗਾ ਕਿ ਲੋਕ ਸਭਾ 2019 ਦੀ ਲੜਾਈ ਕੌਣ ਜਿੱਤੂਗਾ? ਕੈਮਰਾਮੈਨ ਬਲਜਿੰਦਰ ਦੇ ਨਾਲ ਜਗਤਾਰ ਸਿੰਘ, ਇੰਡੀਆ ਨਿਊਜ਼, ਪੰਜਾਬ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਆਗੂ ਸੇਵਾ ਸਿੰਘ ਸੇਖਵਾ ਦੇ ਨਾਲ ਵੀ ਖਾਸ ਗੱਲਬਾਤ ਕੀਤੀ ਗਈ ਸਾਡੇ ਸਹਿਯੋਗੀ ਜਗਤਾਰ ਭੁੱਲਰ ਵੱਲੋਂ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਲ ਦੇ ਸੀਨੀਅਰ ਨੇਤਾ ਸੇਵਾ ਸਿੰਘ ਸੇਖਵਾ ਸਾਡੇ ਨਾਲ। ਸੇਖਵਾ ਸਾਹਿਬ, ਜੋ ਤੁਸੀਂ ਗੱਲਾਂ ਕਰਦੇ ਨੇ, ਇੱਕ ਜ਼ਮਾਨਾ ਸੀ ਬਾਦਲ ਸਾਹਿਬ ਉਹੀ ਗੱਲਾਂ ਕਰਦੇ, ਕੀ ਫਰਕ ਕੀ ਹੈਗਾ? ਫਰਕ ਇਹ ਆ ਕਿ ਬਾਦਲ ਸਾਹਿਬ ਗੱਲਾਂ ਹੀ ਕਰਦੇ ਸੀ ਤੇ ਅਮਲ ਨਹੀਂ ਸੀ ਕਰਦੇ, ਅਸੀਂ ਜਿਹੜੀਆਂ ਗੱਲਾਂ ਕਰਦੇ ਆ ਉਹਦੇ ਤੇ ਅਮਲ ਕਰਾਂਗੇ। ਪਰ 5 ਵਾਰ ਮੁੱਖ ਮੰਤਰੀ ਬਣੇ ਨੇ ਸੂਬੇ ਦੇ, ਅਸੀਂ ਮੰਨਦੇ ਆ, ਅਸੀਂ ਬਣਾਉਣ ਵਾਲੇ ਆ, ਅਸੀਂ ਉਹਨਾਂ ਦੇ ਸਾਥੀ ਸਾਂ। ਲੇਕਿਨ ਜਿੰਨਾ ਚਿਰ ਬਾਦਲ ਸਾਹਿਬ ਦੇ ਹੱਥ 'ਚ ਕਮਾਂਡ ਰਹੀ ਆ ਉਹ ਸਾਡੇ ਨਾਲ ਸੁਰ ਸਲਾਹ ਕਰ ਲੈਂਦੇ ਸੀ, ਬਾਕੀ ਸਾਥੀਆਂ ਨਾਲ ਵੀ, ਇਕੱਲੇ ਮੇਰੇ ਨਾਲ ਹੀ ਨਹੀਂ, ਸਾਰੇ ਸਾਥੀਆਂ ਨਾਲ ਸਲਾਹ ਕਰਕੇ ਚੱਲਦੇ ਸੀ। ਲੇਕਿਨ ਜਦੋਂ ਤੋਂ ਕਮਾਂਡ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਤੇ ਮਜੀਠੀਏ ਦੇ ਹੱਥ ਆਈ ਆ, ਉਹਨਾਂ ਨੇ ਨਾ ਕਿਸੇ ਦੀ ਸੁਰ ਸਲਾਹ ਲਈ ਆ, ਇਸੇ ਕਰਕੇ ਅਕਾਲੀ ਦਲ ਦਾ ਬੇੜਾ ਗਰਕ ਹੋਇਆ। 12 'ਚ ਜਦੋਂ ਸਰਕਾਰ ਦੂਰੀ ਵਾਰ ਬਣੀ, ਇਤਿਹਾਸ ਸਰਜਿਆ ਸੀ ਤੇ ਤੁਸੀਂ ਉਹ ਲੋਕ ਸੀ ਜਿਹਨਾਂ ਸੁਖਬੀਰ ਸਿੰਘ ਬਾਦਲ ਦੀ ਰੱਜ ਕੇ ਤਾਰੀਫ ਕੀਤੀ ਸੀ। ਵੇਖੋ, ਜੇ ਕੋਈ ਆਦਮੀ ਕਿਸੇ ਦੀ, ਉਸ ਵੇਲੇ ਲੋਕਾਂ ਨੇ ਅਕਾਲੀ ਦਲ ਦੀ ਸਰਕਾਰ ਨਹੀਂ ਸੀ ਬਣਾਈ, ਸੁਖਬੀਰ ਦੀ ਮੈਨੇਜਮੈਂਟ ਨੇ ਔਰ ਜਿਸ ਢੰਗ ਨਾਲ ਉਹਨੇ ਦਾ ਪੇਚ ਖੇਡ ਕੇ ਸਰਕਾਰ ਬਣਾਈ ਸੀ, ਮੈਂ ਨਹੀਂ ਸਮਝਦਾ ਵੀ ਲੋਕਾਂ ਦੀ ਬਣਾਈ ਸਰਕਾਰ ਸੀ। ਔਰ ਇੱਕ ਗੱਲ ਮੈਂ ਕਲੀਅਰ ਕਰਦਿਆਂ ਕਿ ਮਜੀਠੀਆ ਸਾਹਿਬ ਨੇ ਇਸ ਪਰਿਵਾਰ ਦਾ ਬੇੜਾ ਗਰਕ ਕੀਤਾ, ਜਿਵੇਂ
महाराज रणजीत सिंह दे राज दा बेड़ा गर्क करन वास्ते डोगरे आए सी, उन्हां आण के महाराज रणजीत सिंह नाल रिश्तेदारियां बना लिया ते महाराज रणजीत सिंह दा भोग पाता। इसे तरह मजीठिया परिवार ने बादल हुंदे ओ पार्टी दे जनरल सैकटरी रहे ने इस गल तो मैं कदों मुकरना, ओ हुण भी बथेरा कुछ ने, लेकिन जिस बंदे ने माड़ा काम कीता ओदे बारे कहना बनदा सच कहना साडी ड्यूटी आ। रिश्तेदार चीफ मिनिस्टर होवे ओह चाहवे भी उथे अकाली दल दे बंदे जितने चाहिए उन्हां नूं कौन हरा सकदा। महाराज रणजीत सिंह राज विच जिवें डोगरियां ने बेड़ा गर्क कीता सी ए बादलां दा बेड़ा गर्क जिहड़ा आ मजीठिया कर रहा। तुसीं कह रहे ना तुसीं चोण लड़नी हैगी ना ब्रह्मपुर साहब ने लड़नी, जे जरनैल ही लड़नगे सिपाही विचारे की करनगे मैदान च जी? देखो असीं जे असीं इलैक्शन लड़ांगे ते आपो अपने हल्के तक सीमित हो जांगे, असीं सारा पंजाब जितना चाहुंदे आ ते सारे पंजाब विच जाण वास्ते जे असीं इलैक्शन लड़ांगे फिर असीं सारे पंजाब दे लोकां नूं लामबंद नहीं कर सकांगे। इस लई असीं फैसला कीता कि जिहड़ी सीनियर लीडरशिप आ ओह आप इलैक्शन नहीं लड़ेगी, सारे पंजाब विच जा के अपने उम्मीदवारां नूं जिताएगी। श्रोमणी गुरुद्वारा प्रबंधक कमेटी च सरदारां नूं लै के बहुत पुरानी चर्चा रही, हुण HS फूलका वी कहिंदे कि इक फ्रंट बना के सारे हमख्याली निजात दवाउणी हैगी, तुसीं नाल जी उहनां नाल? बिलकुल असीं 100% ही फूलका साहब दे नाल आ, इस करके कि उहनां दा मकसद भी उही है ते उही निशाना साडा आ। असीं भी चाहुंदे आ कि जिस ढंग नाल बज्जर गनाह बादल परिवार ने कीते आ ਉਹ ਭਾਵੇਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਯਾਦਾ ਭੰਗ ਕਰਕੇ ਕੀਤੇ ਆ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਾਜਕੀਕਰਨ ਕਰਕੇ ਕੀਤੇ ਆ ਤੇ ਚਾਹੇ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਗਰਕ ਕਰਕੇ ਕੀਤੇ ਆ, ਇਹਨਾਂ ਗੱਲਾਂ ਕਰਕੇ ਹੀ ਫੂਲਕਾ ਸਾਹਿਬ ਨੇ ਇਹ ਮੁਹਿੰਮ ਵਿੱਢੀ ਆ, ਇਹੋ ਹੀ ਮਿਸ਼ਨ ਸਾਡਾ ਆ। ਇਸ ਕਰਕੇ ਅਸੀਂ ਫੂਲਕਾ ਸਾਹਿਬ ਦਾ ਪੂਰਾ ਸਮਰਥਨ ਕਰਨੇ ਆ, ਜੇ ਲੋੜ ਪਈ ਉਹਨਾਂ ਨੂੰ ਰਿਕੁਐਸਟ ਕਰਕੇ ਉਹਨਾਂ ਦੀ ਮਤ ਲਾਂਗੇ। ਆਖਰੀ ਸਵਾਲ ਸਰ, ਲੋਕ ਸਭਾ 19 ਚ ਕਿੰਨੀਆਂ ਸੀਟਾਂ ਤੇ ਆਸ ਬੱਝੀ ਹੈਗੀ ਜੀ? ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ। ਮਿਹਰਬਾਨੀ। ਇਸ ਨਾਲ ਸੇਵਾ ਸਿੰਘ ਸੇਖਵਾ ਜਿੰਨਾ ਗਿਆ ਕਿ ਲੋਕ ਸਭਾ ਚੋਣਾਂ 13 ਦੀਆਂ 13 ਸੀਟਾਂ ਜਿੱਤੀਆਂ ਜਾਣਗੀਆਂ, ਪਰ ਜਿੱਥੋਂ ਤੱਕ ਮਸਲਾ ਹੈਗਾ ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਉਸ ਪਰਿਵਾਰ ਵੱਲੋਂ ਬਹੁਤ ਜ਼ਿਆਦਾ ਕੌਮ ਦਾ ਨੁਕਸਾਨ ਕੀਤਾ ਹੈਗਾ, ਲੇਕਿਨ ਫਿਲਹਾਲ ਦੇਖਣਾ ਹੋਏਗਾ ਕਿ ਇਹ ਹਮਖਿਆਲੀ ਪਾਰਟੀ ਕਿਹੜੀਆਂ ਰਵਾਇਤੀ ਪਾਰਟੀਆਂ ਨੂੰ ਹਰਾਉਣ ਜਾਂ ਜਿਤਾਉਣ ਦਾ ਦਮ ਰੱਖਦੇ ਨੇ। ਕੈਮਰਾਮੈਨ ਬਲਜਿੰਦਰ ਦੇ ਨਾਲ ਜਗਤਾਰ ਸਿੰਘ, ਇੰਡੀਆ ਨਿਊਜ਼ ਪੰਜਾਬ।